ਅੰਮ੍ਰਿਤਸਰ ਦੇ ਆਈਟੀਆਈ ਕਾਲਜ ਦਾ ਯੂਥ ਆਗੂ ਸਿਮਰਨ ਜੋੜਾ ਨੂੰ ਪ੍ਰਧਾਨ ਅਤੇ ਵਿਕਰਮ ਪੰਨੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਗੁਰਦੀਪ ਪਹਿਲਵਾਨ ਨੇ ਏਕਤਾ ਮੰਚ ਵੈਲਫੇਅਰ ਕਲੱਬ ਮਾਂਝਾ ਜੋਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਗੋਗਨਾ ਵੱਲੋਂ ਸਨਮਾਨਿਤ ਕੀਤਾ ਗਿਆ। ਜੀ ਆਹ ਸਾਰੇ ਵੀਰ ਭਰਾ ਨੇ ਆਈਟੀਆਈ ਕਾਲਜ ਦਾ ਮੈਨੂੰ ਪ੍ਰਧਾਨ ਬਣਾਇਆ ਗਿਆ ਅਤੇ ਵਿਕਰਮ ਪੰਨੂ ਮੇਰਾ ਵਾਈਸ ਆ ਅਤੇ ਆਪਾਂ ਕਾਲਜ 'ਚ ਮਤਲਬ ਕਿ ਸਾਰਾ ਯੂਥ ਇਕੱਠਾ ਰਹਾਂਗੇ, ਨਸ਼ਾ ਦੂਰ ਕਰਾਂਗੇ, ਸਾਰੇ ਵੀਰ ਇਕੱਠੇ ਰਹਾਂਗੇ ਤੇ ਸਹੀ ਰਾਹ ਸਾਰਿਆਂ ਨੂੰ ਚੰਗੇ ਰਾਹ ਪਾਵਾਂਗੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।